ਅੱਜ ਪੂਰੇ ਪੰਜਾਬ ਦੇ ਵਿੱਚ ਜਿੱਥੇ ਰੱਖੜੀਆਂ ਦਾ ਤਿਉਹਾਰ ਜਿਹੜਾ ਮਨਾਇਆ ਜਾ ਰਿਹਾ, ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ, ਭੈਣਾਂ ਆਪਣੇ ਭਰਾਵਾਂ ਦੇ ਕਲਾਈ ਦੇ ਉੱਤੇ ਰੱਖੜੀ ਬੰਨ੍ਹ ਕੇ ਇੱਕ ਦੂਜੇ ਨੂੰ ਤੋਹਫੇ ਦੇ ਰਹੇ ਨੇ, ਅੱਜ ਇੱਕ ਵਡਰੁੱਖਾਂ ਦੀ ਗੱਲ ਕਰਦਿਆਂ ਜਿੱਥੇ ਇੱਕ ਭੈਣ ਨੇ ਆਪਣੇ ਭਰਾ ਨੂੰ, ਆਪਦੀ ਜਿਹੜੀ ਬੇਟੀ ਹੈ ਉਹਨੂੰ ਪੁਲਿਸ ਕਹਿ ਸਕਦੇ ਹਾਂ ਜੇਲ੍ਹ ਸੁਪਰਡੈਂਟ ਕੈਨੇਡਾ ਦੇ ਵਿੱਚ ਸਿਲੈਕਟ ਹੋਣ 'ਤੇ ਅੱਜ ਤੋਹਫਾ ਦਿੱਤਾ। ਅਸੀਂ ਗੱਲ ਕਰਦੇ ਹਾਂ ਸਾਬਕਾ ਸਰਪੰਚ ਨੇ ਮਿੰਟੂ ਜੀ ਨੇ, ਜਿਹੜੇ ਮੌਜੂਦਾ ਪ੍ਰਧਾਨ ਨੇ ਟਰੱਕ ਯੂਨੀਅਨ ਦੇ। ਬਾਈ ਜੀ, ਅੱਜ ਬੜਾ ਖੁਸ਼ੀ ਦਾ ਮਾਹੌਲ ਹੈ, ਇੱਕ ਦੂਜੇ ਦਾ ਮੂੰਹ ਮਿੱਠਾ ਕਰਾ ਰਹੇ ਹੋ, ਤੁਹਾਡੀ ਭਾਣਜੀ ਹੈ ਜਿਹੜੀ ਉਹ ਸਿਲੈਕਟ ਹੋਈ ਹੈ, ਕਦੋਂ ਪਤਾ ਲੱਗਿਆ ਤੁਹਾਨੂੰ? ਸਾਨੂੰ ਹੁਣੇ ਹੁਣੇ ਜਦੋਂ ਸਾਡੀ ਭੈਣ ਰੱਖੜੀ ਬੰਨ੍ਹਣ ਆਈ ਤਾਂ ਉਹਨੇ ਸਾਨੂੰ ਆ ਕੇ ਦੱਸਿਆ ਵੀ ਜਿਹੜੀ ਆਪਣੀ ਬੇਟੀ ਹੈ ਸਤਵੀਰ ਕੌਰ, ਉਹ ਅਸਿਸਟੈਂਟ ਸੁਪਰਡੈਂਟ ਜੇਲ੍ਹ ਡਿਪਾਰਟਮੈਂਟ ਕੈਨੇਡਾ ਮਿਨੀਪੈਗ ਦੇ ਵਿੱਚ ਹੈ ਜਿਹੜੀ, ਉਹ ਅੱਜ ਸਿਲੈਕਟ ਹੋ ਕੇ ਕਿ ਉਹਨੇ ਜੋ ਆਪਣੀ ਜਿਹੜੀ ਹੈਗੀ ਹੈ ਟ੍ਰੇਨਿੰਗ ਵੀ ਪੂਰੀ ਕਰ ਲਈ। ਪਹਿਲਾਂ ਨਹੀਂ ਸਾਨੂੰ ਦੱਸਿਆ ਕਿਸੇ ਨੇ ਵੀ ਇਹ ਸਾਰਾ ਕੁਛ ਹੋ ਗਿਆ, ਲੇਕਿਨ ਅੱਜ ਹੁਣੇ ਹੁਣੀ ਸਾਨੂੰ ਪਤਾ ਲੱਗਿਆ ਵੀ ਇਸ ਤਰ੍ਹਾਂ ਜਿਹੜੀ ਖੁਸ਼ੀ ਹੈ ਇੱਕੋ ਦਮ ਸਾਨੂੰ ਮਿਲੀ ਹੈ। ਅਤੇ ਮਾਣ ਮਹਿਸੂਸ ਕਰ ਰਹੇ ਹੋ? ਪੂਰਾ ਜੀ, ਅਸੀਂ ਮਾਣ ਮਹਿਸੂਸ ਕਰਦੇ ਹਾਂ, ਸਾਡਾ ਨਗਰ ਹੈ ਵਡਰੁੱਖਾਂ, ਜਿੱਥੇ ਕਿ ਅਸੀਂ 13 ਤੋਂ 18 ਸੇਵਾ ਕਰੀ ਪਿੰਡ ਵਡਰੁੱਖਾਂ ਦੀ ਬਤੌਰ ਸਰਪੰਚ, ਔਰ ਉਸ ਟਾਈਮ ਵੀ ਸਾਨੂੰ ਜਿਹੜਾ ਮਾਣ ਮਹਿਸੂਸ ਹੋਇਆ ਕਿ ਸਾਡੀ ਮਾਤਾ ਹਰਬੰਸ ਕੌਰ ਨੇ ਉਦੋਂ ਜਿਹੜੀ ਸੇਵਾ ਨਿਭਾਈ ਹੈ, ਸਾਨੂੰ ਉਦੋਂ ਵੀ ਅਵਾਰਡ ਮਿਲਿਆ ਸੀ ਨਗਰ ਨੂੰ, ਨਗਰ ਦਾ ਸਿਰ ਉੱਚਾ ਹੋਇਆ ਸੀ। ਅੱਜ ਸਾਡੀ ਭਾਣ ਜੀ ਸਤਵੀਰ ਕੌਰ ਨੇ ਪਿੰਡ ਵਡਰੁੱਖਾਂ ਦਾ ਜਿਹੜਾ ਹੈ ਨਾਂ ਉੱਚਾ ਕਰਿਆ। ਬਿਲਕੁਲ ਜੀ, ਇਹਨਾਂ ਦਾ ਕਹਿਣਾ ਕਿ ਭਾਣ ਜੀ ਸਤਵੀਰ ਕੌਰ ਨੇ ਜਿੱਥੇ ਜਿਹੜੀਆਂ ਧੀਆਂ ਨੇ ਜਿਹੜੀਆਂ ਉਹ ਮੁੰਡਿਆਂ ਤੋਂ ਘੱਟ ਨਹੀਂ, ਕਿਉਂਕਿ ਉਹ ਜਿੱਥੇ ਜਿਹੜੇ ਮੁੰਡੇ ਨੇ ਉਹ ਨਾਮ ਖੱਟ ਰਹੇ ਨੇ, ਉੱਥੇ ਹੀ ਜਿਹੜੀਆਂ ਪੰਜਾਬ ਦੀਆਂ ਧੀਆਂ ਨੇ ਉਹਨਾਂ ਨੇ ਵੀ ਦੇਸਾਂ ਵਿਦੇਸਾਂ ਦੇ ਵਿੱਚ ਵੱਡਾ ਨਾਮ ਹੈ ਜਿਹੜਾ ਖੱਟਿਆ, ਕਿਉਂਕਿ ਜੇਲ੍ਹ ਸੁਪਰਡੈਂਟ ਸਿਲੈਕਟ ਹੋ ਕੇ ਪੂਰੇ ਦਾਦਕੇ ਔਰ ਨਾਨਕਿਆਂ ਦਾ ਹੀ ਨਹੀਂ ਪੂਰੇ ਪੰਜਾਬ ਦਾ ਜਿਹੜਾ ਨਾਂ ਰੋਸ਼ਨ ਕੀਤਾ। ਉਹਨਾਂ ਦੇ ਪਿਤਾ ਜੀ ਬੈਠੇ ਨੇ, ਉਹਨਾਂ ਨਾਲ ਗੱਲ ਕਰਦੇ ਹਾਂ। ਕੀ ਨਾਮ? ਮੇਰਾ ਨਾਮ ਹਰਬੰਸ ਸਿੰਘ ਹੈ ਜੀ, ਪਿੰਡ ਆਤਰਗੜ੍ਹ। ਤੁਹਾਡੀ ਬੇਟੀ ਨੇ ਮਤਲਬ ਕੈਨੇਡਾ ਦੇ ਵਿੱਚ ਜੇਲ੍ਹ ਸੁਪਰਡੈਂਟ ਦਾ ਜਿਹੜਾ ਅਹੁਦਾ ਸੰਭਾਲਿਆ, ਕਿੱਦਾਂ ਮਹਿਸੂਸ ਕਰ ਰਹੇ? ਬਹੁਤ ਜ਼ਿਆਦਾ ਵਧੀਆ ਲੱਗਦਾ ਜੀ, ਬਹੁਤ ਮਿਹਨਤ ਕਰੀ ਹੈ ਜੀ ਬੱਚੀ ਨੇ 2018 ਦੇ ਉੱਤੋਂ ਲੈ ਕੇ ਜੀ ਹੁਣ ਤੱਕ ਉਹਨੇ ਕਈ ਮਹਿਕਮਿਆਂ 'ਚ ਕੰਮ ਕਰਿਆ, ਅਤੇ ਪਿਛਲੇ 3 ਕੁ ਮਹੀਨਿਆਂ ਤੋਂ ਉਹਨੇ ਜੇਲ੍ਹ ਵਿਭਾਗ ਦੇ ਵਿੱਚ ਅਪਲਾਈ ਕੀਤਾ ਜੀ, ਜਿਹੜੀ ਕਿ ਹੁਣ ਉਹਨਾਂ ਦੀ 16 ਤਰੀਕ ਨੂੰ ਟ੍ਰੇਨਿੰਗ ਪੂਰੀ ਹੋ ਗਈ, 9 ਸਤੰਬਰ ਨੂੰ ਡਿਊਟੀ ਜੁਆਇਨ ਕਰਨ ਜਾ ਰਹੀ ਹੈ ਬਰੈਪਟਨ ਵਿੱਚ। ਜੇ ਗੱਲ ਕੀਤੀ ਜਾਵੇ ਜੇਲ੍ਹ ਸੁਪਰਡੈਂਟ ਦੀ, ਜੇਲ੍ਹ ਦਾ ਮਹਿਕਮਾ ਹੀ ਕਿਉਂ ਚੁਣਿਆ, ਕੋਈ ਘਰ ਦੇ ਵਿੱਚੋਂ ਸੀਗਾ ਕੋਈ? ਹਾਂਜੀ, ਮੈਂ ਖੁਦ ਮੁਲਾਜ਼ਮ ਹਾਂ ਜੀ ਜੇਲ੍ਹ ਦਾ, ਅਤੇ ਬਾਕੀ ਉੱਥੇ ਪੋਸਟਾਂ ਨਿਕਲੀਆਂ ਹੋਈਆਂ ਸੀ ਜੇਲ੍ਹ ਮੁਲਾਜ਼ਮਾਂ ਦੀਆਂ ਪਹਿਲਾਂ ਵੀ, ਅੱਜ ਤੋਂ 4 ਮਹੀਨੇ ਪਹਿਲਾਂ ਵੀ ਇੱਕ ਜੇਲ੍ਹ ਮੁਲਾਜ਼ਮਾਂ ਲਈ ਸਿਲੈਕਟ ਹੋਈ ਸੀ ਜੀ। ਉਹਨੇ ਮੈਨੂੰ ਜਦੋਂ ਪੁੱਛਿਆ ਵੀ ਮੈਂ ਇੱਕ ਜੀ ਜੇਲ੍ਹ ਬਾਰਡਰ ਭਰਤੀ ਹੋਣ ਲੱਗੀ ਹਾਂ, ਜੇਲ੍ਹ ਬੜੀ ਦੂਰ ਹੈ, ਦਰਿਆ 'ਚ ਹੈ, ਡੈਡੀ ਮੇਰਾ ਜੀ ਨਹੀਂ ਕਰਦਾ, ਮੈਂ ਕਿਹਾ ਚਲੋ ਪੁੱਤਰ ਰਹਿਣ ਦਿਓ, ਤੁਸੀਂ ਬੱਸ 'ਤੇ ਡਰਾਈਵਰ ਹੋ, ਵਧੀਆ ਚੱਲੀ ਜਾਂਦਾ ਤੁਹਾਡਾ ਕੰਮ, ਸਰਕਾਰੀ ਬੱਸ 'ਤੇ ਨੋ ਜੋਬ ਕਰ ਰਹੀ ਸੀ। ਉਸ ਤੋਂ ਬਾਅਦ ਜੀ ਉਹਨਾਂ ਨੇ ਦੁਬਾਰਾ ਜਦੋਂ ਅਸਿਸਟੈਂਟ ਦੀਆਂ ਪੋਸਟਾਂ ਨਿਕਲੀਆਂ, ਉਹਨਾਂ ਨੇ ਦੁਬਾਰਾ ਅਪਲਾਈ ਕਰਿਆ ਮੈਨੂੰ, ਜਦੋਂ ਉਹਨਾਂ ਨੇ ਪੁੱਛਿਆ ਵੀ ਡੈਡੀ ਇੱਦਾਂ ਕਰਕੇ ਮੈਨੂੰ ਆਫਿਸਰ ਦੀ ਨੌਕਰੀ ਮਿਲ ਰਹੀ ਹੈ, ਮੈਂ ਕਿਹਾ ਚਲੋ ਬੇਟੇ ਕਰੋ ਖੇਚਲਾ। ਉਹਨਾਂ ਨੇ ਬਹੁਤ ਮਿਹਨਤ ਕਰੀ ਜੀ, ਪੜ੍ਹਨ ਦੇ ਵਿੱਚ ਬਹੁਤ ਅੱਛੀ ਹੈ। ਜੇ ਗੱਲ ਕੀਤੀ ਜਾਵੇ ਉਹਨਾਂ ਦੀ ਸਟੱਡੀ ਦੀ, ਸਟੱਡੀ ਕਿੱਥੇ ਕਿੱਥੇ ਪੜ੍ਹੇ ਹੈ? ਸਟੱਡੀ ਜੀ ਮੈਂ ਉਸ ਟਾਈਮ, ਜਿਸ ਟਾਈਮ ਉਹਨਾਂ ਦਾ 2000 ਦੇ ਵਿੱਚ ਜਨਮ ਹੋਇਆ ਜੀ, ਸੰਗਰੂਰ ਡਿਊਟੀ ਕਰਦਾ ਸੀਗਾ। 2005 ਦੇ ਵਿੱਚ ਜੀ ਮੈਂ ਬਠਿੰਡੇ ਸੀਗਾ, ਬਠਿੰਡੇ ਸਾਡਾ ਜੀ PP ਸਕੂਲ ਹੈ ਪੰਜਾਬ ਪੁਲਿਸ ਦਾ, ਉਹਦੇ ਵਿੱਚ ਜੀ 2 ਸਾਲ ਰਹੀ ਉਹ। ਉਸ ਤੋਂ ਬਾਅਦ ਜੀ 2008 ਦੇ ਵਿੱਚ ਮੈਂ ਪਿੰਡ ਆਤਰ ਸਿੰਘ ਵਾਲਾ ਆ ਗਿਆ, ਤਾਂ ਮੇਰੇ ਹੀ ਪਿੰਡ ਦੇ ਵਿੱਚ ਜੀ ਮੈਸਕਟ ਪਬਲਿਕ ਸਕੂਲ ਬਣਿਆ ਹੋਇਆ, ਉੱਥੇ ਲਗਾਤਾਰ ਪੜ੍ਹਦੀ ਰਹੀ ਜੀ।
ਅਤੇ 10ਵੀਂ ਪਾਸ ਮੈਂ ਇਸ ਕੱਢ 'ਚੋਂ ਕਰਕੇ ਜੀ, ਪਲੱਸ 2 ਨੇ ਜੀ ਬਰਨਾਲੇ ਕਿੰਗਜ ਕਾਲਜ ਦੇ ਵਿੱਚੋਂ ਮੈਡੀਕਲ ਦੇ ਵਿੱਚ ਪਾਸ ਕੀਤੀ। ਉਸ ਤੋਂ ਬਾਅਦ ਜੀ ਉਹਨੇ 1 ਸਾਲ ਚੰਡੀਗੜ੍ਹ ਦੇ ਵਿੱਚ ਜੀ ਆਈਲੈਕਸ ਕੀਤੀ। 2018 ਦੇ ਵਿੱਚ ਜੀ ਉਹ ਵਿਨੀਪੈਗ ਡਿਗਰੀ ਲੈ ਕੇ ਗਈ ਸੀ। ਜੇ ਗੱਲ ਕੀਤੀ ਜਾਵੇ, ਕਿਉਂਕਿ ਕੁੜੀਆਂ ਨੂੰ ਅਕਸਰ ਜਦੋਂ ਜਨਮ ਲੈਂਦੀਆਂ ਨੇ ਘਰਾਂ ਦੇ ਵਿੱਚ ਤਾਂ ਬੜਾ ਵੱਖਰੇ ਜੇ ਜਿਹੇ ਨਾਲ ਦੇਖਿਆ ਜਾਂਦਾ, ਤੁਸੀਂ ਕੀ ਮਹਿਸੂਸ ਕਰਦੇ ਹੋ? ਮੈਂ ਜੀ, ਮੇਰੇ 3 ਬੇਟੀਆਂ ਨੇ, 1 ਬੇਟਾ ਛੋਟਾ, 3 ਵਾਰੀ ਹੀ ਮਠਿਆਈ ਵੰਡੀ ਹੈ ਜੀ। ਹਜੇ ਵੀ ਮੈਨੂੰ ਕੋਈ ਮਹਿਸੂਸ ਨਹੀਂ ਹੁੰਦਾ ਜੀ, ਮੈਨੂੰ ਬੇਟਿਆਂ ਨਾਲੋਂ ਵੀ ਜ਼ਿਆਦਾ ਲੱਗਦੀਆਂ ਨੇ। ਕਿਉਂ ਜੀ, ਬੇਟਾ ਤਾਂ ਹਜੇ ਦੇਖਾਂਗੇ ਕਦੋਂ ਕੀ ਕਰੂੰ। ਮੈਨੂੰ ਬੇਟੀ ਨੇ ਕੈਨੇਡਾ ਜਾਣ ਸਾਰ 10 ਲੱਖ ਦੀ ਗੱਡੀ ਲੈ ਕੇ ਦਿੱਤੀ, 43 ਲੱਖ ਦੀ ਕਵੈਰੋ ਗੱਡੀ ਉਹਨੇ ਆਪਦੀ ਲੈਤੀ ਜੀ। ਮੈਂ ਤੋਂ ਹੋਰ ਕੀ ਮੈਨੂੰ ਜੀ ਮਾਣ ਮਹਿਸੂਸ ਕਰ, ਬਹੁਤ ਜ਼ਿਆਦਾ ਮਾਣ ਹੈ ਜੀ। ਦੇਸ਼ਵਾਸੀਆਂ ਨੂੰ ਕੀ ਕਹਿਣਾ? ਦੇਸ਼ਵਾਸੀਆਂ ਨੂੰ ਇਹੀ ਕਹੂੰਗਾ ਜੀ, ਬੇਟੀਆਂ ਨੂੰ ਕਿਸੇ ਨਾਲੋਂ ਘੱਟ ਨਾ ਸਮਝੋ। ਇਹ ਕੋਈ ਅੰਦਰ ਬਹਾਉਣ ਵਾਲੀਆਂ ਬੇਟੀਆਂ ਨਹੀਂ ਹੁੰਦੀਆਂ। ਇਹਨਾਂ ਨੂੰ ਪੜ੍ਹਾਓ ਲਿਖਿਆਓ, ਫੁੱਲ ਆਜ਼ਾਦੀ ਦਿਓ, ਵਧੀਆ ਸੰਸਕਾਰ ਦਿਓ ਤਾਂ ਕਿ ਉਹ ਆਪਣੇ ਆਪ 'ਤੇ ਨਿਰਭਰ ਹੋ ਸਕਣ। ਬਿਲਕੁਲ ਜੀ, ਜਿਹੜੇ ਪੇਰੈਂਟਸ ਨੇ ਉਹਨਾਂ ਦਾ ਕਹਿਣਾ ਕਿ ਜਿਹੜੀਆਂ ਧੀਆਂ ਨੇ, ਧੀਆਂ ਨੂੰ ਪੂਰੀ ਜਿਸ ਤਰ੍ਹਾਂ ਬੇਟਿਆਂ ਨੂੰ ਅਸੀਂ ਜਿਹੜਾ ਹਰ ਤਰ੍ਹਾਂ ਦੀ ਸੁਵਿਧਾ ਦਿੰਦੇ ਹਾਂ ਪੜ੍ਹਨ ਲਿਖਣ ਵਾਸਤੇ, ਉਸੇ ਤਰ੍ਹਾਂ ਧੀਆਂ ਵੀ ਕਿਸੇ ਨਾਲੋਂ ਘੱਟ ਨਹੀਂ, ਉਹਨਾਂ ਨੂੰ ਵੀ ਜਿਹੜੀ ਪੜ੍ਹਾਈ ਲਿਖਾਈ ਪੂਰੀ ਕਰਵਾ ਕੇ ਤਾਂ ਕਿ ਆਪਣੇ ਮਾਂ ਪਿਓ ਦਾ ਜਿਹੜਾ ਨਾਮ ਰੋਸ਼ਨ ਕਰ ਸਕਣ। ਅਸੀਂ ਉਹਨਾਂ ਦੀ ਮਾਤਾ ਜੀ ਨਾਲ ਗੱਲ ਕਰਦੇ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਜੀ ਹਰਦੀਪ ਕੌਰ। ਹਰਦੀਪ ਜੀ, ਤੁਸੀਂ ਅੱਜ ਆਪਦੇ ਭਰਾ ਨੂੰ ਗਿਫਟ ਦਿੱਤਾ ਇੱਕ ਤਰ੍ਹਾਂ ਦਾ ਕਿ ਤੁਹਾਡੀ ਬੇਟੀ ਸਤਵੀਰ ਕੌਰ ਸਿਲੈਕਟ ਹੋਈ ਹੈ ਜੇਲ੍ਹ ਸੁਪਰਡੈਂਟ, ਪਹਿਲਾਂ ਕਿਉਂ ਨਹੀਂ ਦੱਸਿਆ? ਜੀ, ਅਸੀਂ ਸਰਪ੍ਰਾਈਜ਼ ਰੱਖਿਆ ਸੀ ਇਹ, ਵੀ ਮੈਂ ਰੱਖੜੀ ਵਾਲੇ ਦਿਨ, ਇੱਕ ਤਿਉਹਾਰ ਵਾਲੇ ਦਿਨ, ਬਹੁਤ ਵੱਡਾ ਤਿਉਹਾਰ ਹੈਗਾ, ਵੀ ਇਸ ਤਿਉਹਾਰ 'ਤੇ ਇੱਕ ਮੈਂ ਆਪਦੇ ਭਰਾ ਨੂੰ ਬਹੁਤ ਵੱਡੀ ਖੁਸ਼ੀ ਦੇਣਾ ਚਾਹੁੰਦੀ ਸੀ। ਕਿੰਨਾ ਕੁ ਮਾਣ ਮਹਿਸੂਸ? ਜੀ, ਬਹੁਤ ਜ਼ਿਆਦਾ ਮੈਂ ਮਾਣ ਮਹਿਸੂਸ ਹੋ ਰਿਹਾ, ਔਰ ਮੇਰਾ ਸਾਰੇ ਪੰਜਾਬੀਆਂ ਨੂੰ, ਸਾਰੇ ਭਾਰਤ ਵਾਸੀਆਂ ਨੂੰ ਇਹੀ ਸੰਦੇਸ਼ ਹੈ ਕਿ ਬੇਟੀਆਂ ਨੂੰ ਬਹੁਤ ਤੋਂ ਬਹੁਤ ਪੜ੍ਹਾਓ। ਕਦੇ ਵੀ ਉਹਨਾਂ ਨੂੰ ਇਹ ਨਾ ਸਮਝੋ ਵੀ ਇਹ ਕੁਛ ਕਰਨ ਯੋਗ ਨਹੀਂ, ਬੇਟੀਆਂ ਕੁਛ ਕਰ ਨਹੀਂ ਸਕਦੀਆਂ। ਬੇਟੀਆਂ ਬਹੁਤ ਕੁਛ ਕਰ ਸਕਦੀਆਂ ਨੇ। ਬੇਟੀਆਂ ਨੂੰ ਇੰਨਾ ਕੁ ਦਿਮਾਗ ਵਿੱਚ ਭਰੋ ਕਿ ਤੁਸੀਂ ਕਿਸੇ ਪਾਸੋਂ ਘੱਟ ਨਹੀਂ ਹੈਗੀਆਂ, ਤੁਸੀਂ ਕੁਛ ਵੀ ਕਰ ਸਕਦੀ ਹੋ। ਬਿਲਕੁਲ ਜੀ, ਇਹ ਇੱਕ ਸੇਧ ਹੈ, ਕਿਉਂਕਿ ਜਿਹੜੀ ਮਾਤਾ ਦਾ, ਸਤਵੀਰ ਦੀ ਮਾਤਾ ਦਾ ਕਹਿਣਾ ਹੈ ਕਿ ਇਹਨਾਂ ਨੇ ਇੱਕ ਦੇਸ਼ ਵਾਸੀਆਂ ਨੂੰ ਅਪੀਲ ਵੀ ਕੀਤੀ ਹੈ ਰੱਖੜੀ ਦੇ ਤਿਉਹਾਰ 'ਤੇ ਕਿ ਬੇਟੀਆਂ ਨੂੰ ਮੁੰਡਿਆਂ ਨਾਲੋਂ ਘੱਟ ਨਾ ਸਮਝੋ, ਬੇਟੀਆਂ ਨੂੰ ਸੰਸਕਾਰ ਇੱਦਾਂ ਦੇ ਦਿਓ ਕਿ ਉਹ ਅੱਗੇ ਵੱਧ ਸਕਣ। ਉਹਨਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਹੈ ਜਿਹੜੀ, ਜਿਸ ਤਰ੍ਹਾਂ ਲੜਕਿਆਂ ਨੂੰ ਦਿੱਤੀ ਜਾਂਦੀ ਹੈ, ਉਸ ਤਰ੍ਹਾਂ ਦੀ ਸਹੂਲਤ ਹੈ ਜਿਹੜੀ ਦਿੱਤੀ ਜਾਵੇ ਤਾਂ ਕਿ ਉਹ ਆਪਦੇ ਜਿਹੜੇ ਸੁਪਨੇ ਨੇ ਉਹ ਪੂਰੇ ਸਵੀਕਾਰ ਕਰ ਸਕਣ। ਅਸੀਂ ਉਹਨਾਂ ਦੀ ਨਾਨੀ ਜੀ ਨਾਲ ਗੱਲ ਕਰਦੇ ਹਾਂ। ਕੀ ਨਾਮ ਹੈ ਜੀ ਤੁਹਾਡਾ? ਮੈਂ ਜੀ ਹਰਬੰਸ ਕੌਰ ਜੀ। ਹਰਬੰਸ ਕੌਰ ਜੀ, ਤੁਸੀਂ ਪਿੰਡ ਦੀ ਸਰਪੰਚੀ ਵੀ ਕੀਤੀ ਹੈ, ਅੱਜ ਤੁਹਾਡੀ ਦੋਹਤੀ ਸਤਵੀਰ ਕੌਰ ਨੇ ਪੂਰੇ ਪੰਜਾਬ ਦਾ ਨਾਂ ਰੋਸ਼ਨ ਕੀਤਾ, ਕਿੰਨਾ ਕੁ ਮਾਣ ਮਹਿਸੂਸ ਕਰ ਰਹੇ ਹੋ? ਹਾਂਜੀ, ਅੱਜ ਬਹੁਤ ਮਨ ਮੇਰਾ ਬਹੁਤ ਜ਼ਿਆਦਾ ਖੁਸ਼ ਹੈ ਜੀ। ਕੀ ਕਹਿਣਾ ਚਾਹੁੰਦੇ ਹੋ ਪੰਜਾਬ ਦੇ ਹੋਰ ਲੋਕਾਂ ਨੂੰ? ਕੀ ਕਹਿਣਾ ਚਾਹੁੰਦੇ? ਅਸੀਂ ਚਾਹੁੰਦੇ ਜੀ ਸਾਰੇ ਬੱਚਿਆਂ ਨੂੰ ਅਈਆਂ ਜੀ ਖੁਸ਼ੀਆਂ ਮਿਲਣ, ਵੀ ਇਹੋ ਜਿਹੇ ਦਿਨ ਆਉਣ ਸਭ ਦੇ, ਸਾਰੇ ਬੱਚਿਆਂ ਦੇ। ਬਿਲਕੁਲ ਜੀ, ਜਿਹੜੇ ਮਾਤਾ ਜੀ ਨੇ ਉਹਨਾਂ ਦਾ ਕਹਿਣਾ ਕਿ ਹਰ ਇੱਕ ਦੇ ਘਰ ਇੱਦਾਂ ਦੀਆਂ ਖੁਸ਼ੀਆਂ ਹੋਣ। ਅਸੀਂ ਪਿੰਡ ਦੇ ਮੋਹਤਬਾਰ ਬੈਠੇ ਨੇ, ਉਹਨਾਂ ਨਾਲ ਵੀ ਗੱਲ ਕਰਦੇ ਹਾਂ। ਬਾਈ, ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਰਜਿੰਦਰ ਸਿੰਘ ਹੈ ਜੀ। ਰਜਿੰਦਰ ਸਿੰਘ ਜੀ, ਤੁਹਾਡੇ ਪਿੰਡ ਦੀ ਕਹਿ ਸਕਦੇ ਦੋਹਤੀ ਨੇ ਵੱਡਾ ਨਾਂ ਰੋਸ਼ਨ ਕੀਤਾ ਨਾਨਕਿਆਂ ਅਤੇ ਦਾਦਕਿਆਂ ਦਾ, ਕਿੱਦਾਂ ਦੀ ਖੁਸ਼ੀ ਮਹਿਸੂਸ ਕਰ ਰਹੇ ਹੋ? ਬਹੁਤ ਖੁਸ਼ੀ ਮਹਿਸੂਸ ਕਰਦੇ ਹਾਂ ਜੀ, ਸਾਡੀ ਉਹ ਬੇਟੀ ਹੈ, ਸਾਡੀ ਉਹ ਬਹੁਤ ਹੋਣਹਾਰ ਹੈ, ਪਹਿਲਾਂ ਵੀ ਉਰੇ ਵੀ ਬਹੁਤ ਪੜ੍ਹਾਈ 'ਚੋਂ ਵੱਲ ਹੀ ਆਉਂਦੀ ਰਹੀ ਹੈ ਜੀ। ਸਾਨੂੰ ਹੁਣ ਬਹੁਤ ਖੁਸ਼ੀ ਹੈ, ਸਾਨੂੰ ਪਤਾ ਹੀ ਅੱਜ ਲੱਗਿਆ ਜੀ ਭਾਣ ਜੀ ਹੈ ਸਾਡੀ, ਬਹੁਤ ਸਾਨੂੰ ਖੁਸ਼ੀ ਹੋ ਰਹੀ ਹੈ।
ਕੀ ਕਹਿਣਾ ਚਾਹੁੰਦੇ ਹੋ? ਕਿਉਂਕਿ ਪੰਜਾਬ ਦੇ ਵਿੱਚ ਜੇ ਆਪਾਂ ਗੱਲ ਕੀਤੀ ਘਰਾਂ ਦੇ ਵਿੱਚ, ਜਦੋਂ ਕਿਸੇ ਘਰ ਕੁੜੀ ਜਨਮ ਲੈਂਦੀ ਹੈ ਤਾਂ ਉਸ ਟਾਈਮ ਥੋੜ੍ਹਾ ਜਿਹਾ ਅਫਸੋਸ ਮਨਾਇਆ ਜਾਂਦਾ। ਇੱਕ ਪਾਸੇ ਸਤਵੀਰ ਕੌਰ ਵਰਗੀਆਂ ਜਿਹੜੀਆਂ ਧੀਆਂ ਨੇ ਉਹ ਜਦੋਂ ਨਾਮ ਰੋਸ਼ਨ ਕਰਦੀਆਂ ਮਾਣ ਮਹਿਸੂਸ ਹੁੰਦਾ, ਬਹੁਤ ਜ਼ਿਆਦਾ ਮਾਣ ਮਹਿਸੂਸ ਹੁੰਦਾ ਜੀ। ਅਸੀਂ ਇਹੀ ਸੁਨੇਹਾ ਪੰਜਾਬ ਵਾਸੀਆਂ ਨੂੰ, ਹਿੰਦੁਸਤਾਨ ਵਾਸੀਆਂ ਨੂੰ ਇਹੀ ਸੁਨੇਹਾ ਦੇਣਾ ਚਾਹੁੰਦੇ ਹਾਂ ਵੀ ਕੁੜੀਆਂ ਦੇ ਵਿੱਚ ਵਿਤਕਰਾ ਨਹੀਂ ਰੱਖਣਾ ਚਾਹੀਦਾ ਜੀ। ਕੁੜੀਆਂ ਬਹੁਤ ਹੀ ਪੜ੍ਹਨ ਦੇ ਵਿੱਚ ਅਵੱਲ ਰਹਿੰਦੀਆਂ ਨੇ, ਔਰ ਮੁੰਡਿਆਂ ਨਾਲੋਂ ਵੀ ਅੱਗੇ ਜਾ ਕੇ ਕਰ ਰਹੀਆਂ ਨੇ, ਜੋ ਕਰ ਰਹੀਆਂ ਨੇ। ਬਹੁਤ ਹੀ ਖੁਸ਼ੀ ਮਹਿਸੂਸ ਅਸੀਂ ਕਰ ਰਹੇ ਹਾਂ ਅੱਜ। ਬਿਲਕੁਲ ਜੀ, ਇਸ ਘਰ ਦੇ ਵਿੱਚ ਜਿਹੜੀ ਬੜੀ ਖੁਸ਼ੀ ਹੈ, ਘਰ ਦੇ ਵਿੱਚ ਨਹੀਂ ਪੂਰੇ ਪੰਜਾਬ ਦੇ ਲਈ ਮਾਣ ਵਾਲੀ ਗੱਲ ਹੈ, ਪਿੰਡ ਬਡਰੁੱਖਾਂ ਅਤੇ ਅਤਰਗੜ੍ਹ ਦੇ ਪਿੰਡ ਦੇ ਵਾਸੀਆਂ ਦੇ ਲਈ ਬੜੇ ਮਾਣ ਵਾਲੀ ਗੱਲ ਹੈ, ਕਿਉਂਕਿ ਦਾਦਕੇ ਅਤੇ ਨਾਨਕਿਆਂ ਦਾ ਜਿਹੜਾ ਨਾਮ ਰੋਸ਼ਨ ਕੀਤਾ, ਉੱਥੇ ਹੀ ਪੂਰੇ ਭਾਰਤ ਦਾ ਜਿਹੜਾ ਨਾਮ ਰੋਸ਼ਨ ਕੀਤਾ ਸਤਵੀਰ ਕੌਰ ਨੇ। ਅਸੀਂ ਵੀ ਅਪੀਲ ਕਰਦੇ ਹਾਂ ਜਿੱਥੇ ਕਿ ਰੱਖੜੀਆਂ ਵਾਲੇ ਦਿਨ ਜਿਹੜਾ ਇਹ ਤੋਹਫ਼ਾ ਇੱਕ ਭੈਣ ਨੇ ਆਪਣੇ ਭਰਾ ਨੂੰ ਦਿੱਤਾ ਕਿ ਤੁਹਾਡੀ ਭਾਣਜੀ ਵੀ ਸਤਵੀਰ ਕੌਰ ਜਿਹੜੀ ਕੈਨੇਡਾ ਦੇ ਵਿੱਚ ਜੇਲ੍ਹ ਸੁਪਰਡੈਂਟ ਸਿਲੈਕਟ ਹੋਈ ਹੈ, ਅਤੇ ਉੱਥੇ ਹੀ ਇਹਨਾਂ ਨੇ ਅਪੀਲ ਵੀ ਕੀਤੀ ਹੈ ਕਿ ਪੰਜਾਬ ਦੇ ਘਰਾਂ ਦੇ ਵਿੱਚ ਜਿੱਥੇ ਵੀ ਧੀਆਂ ਜਿਹੜੀਆਂ ਜਨਮ ਲੈਂਦੀਆਂ ਨੇ ਉਹਨਾਂ ਦੇ ਨਾਲ ਕੋਈ ਵੀ ਵਿਤਕਰਾ ਨਾ ਕੀਤਾ ਜਾਵੇ, ਉਹਨਾਂ ਨੂੰ ਵੀ ਜਿਉਣ ਦਾ ਉਨਾ ਹੀ ਅਧਿਕਾਰ ਦਿੱਤਾ ਜਾਵੇ, ਤਾਂ ਕਿ ਜਿਹੜੀਆਂ ਧੀਆਂ ਨੇ ਉਹ ਕਿਸੇ ਵੀ ਪੱਖੋਂ ਘੱਟ ਨਹੀਂ। ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾਉਂਦੇ ਰਹਾਂਗੇ, ਬਣੇ ਰਹੋ ਪੀ ਟੀ ਸੀ ਨਾਲ। ਕੈਮਰਾਮੈਨ ਭੀਮ ਚੰਦ ਦੇ ਨਾਲ ਗੁਰਦਰਸ਼ਨ ਸਿੰਘ ਸਿੱਧੂ, ਪੀ ਟੀ ਸੀ ਨਿਊਜ਼, ਸੰਗਰੂਰ।